ਸਨੀ ਦਿਓਲ ਲਾਪਤਾ ਹੈ। ਜੀ ਹਾਂ, ਲੋਕਾਂ ਦੇ ਵੱਲੋਂ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਜਾ ਰਹੇ ਨੇ, ਹਾਲਾਂਕਿ ਪਹਿਲਾਂ ਵੀ ਪੋਸਟਰ ਲੱਗਦੇ ਰਹੇ ਨੇ, ਹੁਣ ਗੁਰਦਾਸਪੁਰ ਦੇ ਲੋਕ ਸਾਹਮਣੇ ਵੀ ਆਏ ਨੇ, ਜਿਨ੍ਹਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਗੁਰਦਾਸਪੁਰ ਤੋਂ ਬੀਜੇਪੀ ਦੇ ਸਾਂਸਦ ਸਨੀ ਦਿਓਲ 'ਤੇ। ਹਾਂ, ਜੋ ਤਸਵੀਰਾਂ ਹੈਗੀਆਂ ਉਹ ਵੀ ਸਾਹਮਣੇ ਆਈਆਂ ਨੇ, ਜਿਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਵੀ ਲਗਾਏ ਜਾ ਰਹੇ ਨੇ ਅਤੇ ਨਾਲ ਬਿਆਨ ਵੀ ਦਿੱਤਾ ਜਾ ਰਿਹਾ ਕਿ ਅੱਜ 4 ਸਾਲ ਹੋ ਗਏ ਅਤੇ ਸਨੀ ਦਿਓਲ ਹਜੇ ਤੱਕ ਸਾਨੂੰ ਪੁੱਛਣ ਵੀ ਨਹੀਂ ਆਇਆ ਅਤੇ ਹਜੇ ਤੱਕ ਉਹਨੇ ਸਾਡੇ ਮੁੱਦੇ ਜੋ ਹੈਗੇ ਉਹ ਨਹੀਂ ਚੁੱਕੇ, ਜਿਸ ਨੂੰ ਲੈ ਕੇ ਗੁਰਦਾਸਪੁਰ ਦੇ ਲੋਕ ਖਫਾ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਜੇ ਤੱਕ ਹਾਜ਼ਰੀ ਵੀ ਨਹੀਂ ਭਰੀ ਹੈਗੀ। ਜਿਸ ਤਰੀਕੇ ਦੇ ਨਾਲ ਸਾਂਸਦ ਤਾਂ ਬਣ ਗਏ, ਲੇਕਿਨ ਸਾਡੀ ਜੋ ਅਸੀਂ ਹੈ ਇੱਕ ਕਮੀ ਖਲਦੀ ਹੈ ਕਿ ਅਸੀਂ ਕਿਸ ਨੂੰ ਸਾਂਸਦ ਬਣਾ ਦਿੱਤਾ, ਕਿਹੜਾ ਸਾਂਸਦ ਸਾਡਾ ਬਣ ਗਿਆ ਹੈਗਾ ਜੋ ਸਾਡੀ ਸਾਰ ਵੀ ਨਹੀਂ ਲੈਂਦਾ। ਕਰੋਨਾ ਦੀ ਗੱਲ ਕਰ ਲਈ, ਜਦੋਂ ਬੇਹੱਦ ਹੀ ਮਹਾਂਮਾਰੀ ਫੈਲੀ ਹੋਈ ਸੀ, ਲੋਕ ਤੜਫ ਰਹੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਕਿ ਕੋਈ ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਜੋ ਆ ਮੁੱਦਾ ਚੁੱਕੇ, ਲੇਕਿਨ ਕੋਈ ਵੀ ਨਹੀਂ ਪਹੁੰਚਿਆ, ਯਾਨੀ ਸਨੀ ਦਿਓਲ ਨਹੀਂ ਪਹੁੰਚਿਆ, ਨਾ ਹੀ ਉਹਨਾਂ ਦੀ ਸਾਰ ਲਈ ਅਤੇ ਨਾ ਹੀ ਪਿੰਡ ਦੇ ਵਿੱਚ ਕਦੀ ਵੀ ਕਿਸੇ ਨੂੰ ਨਜ਼ਰ ਆਇਆ। ਅਤੇ ਉੱਥੇ ਜੇਕਰ ਗੱਲ ਕਰ ਲਈਏ ਤਾਂ ਲਗਾਤਾਰ ਹੀ ਸਨੀ ਦਿਓਲ ਦੇ ਪੋਸਟਰ ਲੱਗ ਰਹੇ ਨੇ ਅਤੇ ਹੁਣ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਆ ਮਹਿਜ਼ ਦੋ ਵਾਰੀ ਸੰਸਦ 'ਚ ਪੇਸ਼ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ। ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਜਿਹਾ ਸਾਨੂੰ MP ਮਿਲ ਗਿਆ ਜੋ ਸਾਡੀ ਕਦੀ ਸਾਰ ਵੀ ਨਹੀਂ ਲੈਂਦਾ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਲਗਾਏ ਜਾ ਰਹੇ ਨੇ, ਲੋਕਾਂ ਦਾ ਵੀ ਗੁੱਸਾ ਨਿਕਲ ਕੇ ਆ ਰਿਹਾ। ਕੀ ਕੁਝ ਕਹਿ ਰਹੇ ਨੇ ਲੋਕ ਗੁਰਦਾਸਪੁਰ ਦੇ, ਤੁਸੀਂ ਵੀ ਸੁਣੋ। ਸਨੀ ਦਿਓਲ ਸ਼ਹਿਰ ਦੇ ਵਾਸੀਆਂ ਨਾਲ ਧੋਖੇ ਕਰ ਗਿਆ, ਜੋ ਇਲੈਕਸ਼ਨ ਦੇ ਵੋਟਾਂ ਲੈ ਕੇ ਅੱਜ ਤੱਕ ਦੁਬਾਰਾ ਵੀ ਕਦੀ ਦਰਸ਼ਨ ਨਹੀਂ ਕੀਤੇ ਗੁਰਦਾਸਪੁਰ ਦੇ, ਔਰ BJP ਤੋਂ ਵੀ BJP ਵਾਲੇ ਨੂੰ ਵੀ ਬਹੁਤ ਨਿਰਾਸ਼ਾ ਸਨੀ ਦਿਓਲ ਨੂੰ, ਜੋ ਕਿ ਗੁਰਦਾਸਪੁਰ ਦਾ ਕੋਈ ਵੀ ਕੰਮ ਸਿਰ ਨਹੀਂ ਚੜਾਇਆ ਸਨੀ ਦਿਓਲ ਨੇ। ਸ਼ਹਿਰ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਹੈ ਕਿ ਸਨੀ ਦਿਓਲ ਗੁਰਦਾਸਪੁਰ ਵਾਸਤੇ ਕੋਈ ਵੀ ਕਿਸੇ ਨੂੰ ਕੋਈ ਨੌਕਰੀ ਨਹੀਂ, ਕਿਸੇ ਨੂੰ ਕੋਈ ਸਫਾਈ ਨਹੀਂ, ਕਿਸੇ ਦਾ ਕੋਈ ਕੰਮ ਨਹੀਂ ਕੀਤਾ ਗੁਰਦਾਸਪੁਰ ਦੇ ਵਿੱਚ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਸ਼ੁਭਕਰਮਨਦੀਪ ਸਿੰਘ ਆ, ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏ ਕਿ ਇਲੈਕਸ਼ਨਾਂ ਦੇ ਵਿੱਚ MP ਦੀ ਸੀਟ ਜਿਹੜੀ ਹੈ ਉਹ ਸਨੀ ਦਿਓਲ ਵੱਲੋਂ ਗੁਰਦਾਸਪੁਰ ਦੀ ਲੜੀ ਗਈ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਬਹੁਮਤ ਦੇ ਕੇ ਵੋਟਾਂ ਭਾਰੀ ਗਿਣਤੀ ਵਿੱਚ ਪਾ ਕੇ ਅਤੇ ਉਹਨਾਂ ਨੂੰ ਜਿਤਾ ਕੇ ਅਤੇ ਪਾਰਲੀਮੈਂਟ ਵਿੱਚ ਭੇਜਿਆ ਸੀਗਾ। ਪਰ ਜਦੋਂ ਦੇ ਉਹ ਇੱਥੋਂ ਜਿੱਤ ਕੇ ਗਏ ਨੇ, ਮੁੜ ਉਹਨਾਂ ਨੇ ਕਦੀ ਵੀ ਗੁਰਦਾਸਪੁਰ ਦਾ ਮੂੰਹ ਨਹੀਂ ਦੇਖਿਆ ਅਤੇ ਨਾ ਹੀ ਆਪਣਾ ਚਿਹਰਾ ਕਦੀ ਲੋਕਾਂ ਨੂੰ ਵਿਖਾਇਆ, ਜਿਸ ਕਰਕੇ ਲੋਕ ਗੁਰਦਾਸਪੁਰ ਦੇ ਜਿਹੜੇ ਨੇ ਉਹ ਸਨੀ ਦਿਓਲ ਤੋਂ ਨਿਰਾਸ਼ ਨੇ ਕਿ ਜੇਕਰ ਉਹਨਾਂ ਨੂੰ ਵੋਟਾਂ ਪਈਆਂ ਨੇ, ਲੋਕਾਂ ਨੇ ਉਹਨਾਂ 'ਤੇ ਯਕੀਨ ਕੀਤਾ ਹੈ ਅਤੇ ਪਰ ਉਹਨਾਂ ਨੇ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਜਿਹੜਾ ਵਾ ਵਿਸ਼ਵਾਸਘਾਤ ਕੀਤਾ ਵਾ, ਜਿਸ ਕਰਕੇ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ। ਸਨੀ ਦਿਓਲ ਨੇ ਗੁਰਦਾਸਪੁਰ ਵਾਸਤੇ ਕੁਛ ਵੀ ਨਹੀਂ ਕੀਤਾ, ਨਾ ਕੋਈ ਨੌਕਰੀ ਦਿੱਤੀ ਆ ਬੱਚਿਆਂ ਨੂੰ ਅਤੇ ਨਾ ਹੀ ਕੋਈ ਮੁੱਦਾ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕੋਈ ਚੁੱਕਿਆ ਵਾ, ਜਿਹਦੇ ਕਰਕੇ ਲੋਕ ਜਿਹੜੇ ਆ ਉਹ ਨਿਰਾਸ਼ ਨੇ ਸਨੀ ਦਿਓਲ ਤੋਂ। ਜਦੋਂ ਸਨੀ ਦਿਓਲ ਵੱਲੋਂ ਜਦੋਂ ਵੋਟਾਂ ਲੈਣੀਆਂ ਸੀ ਗੁਰਦਾਸਪੁਰ ਦੇ ਵਿੱਚ, ਉਹ ਆਪਣੇ ਪਰਿਵਾਰ ਨੂੰ ਵੀ ਲੈ ਕੇ ਆਏ, ਰਿਸ਼ਤੇਦਾਰ ਵੀ ਆਏ, ਹਰ ਕਿਸੇ ਬੰਦੇ ਦੇ ਨਾਲ ਉਹ ਮਿਲੇ ਅਤੇ ਆਪਣੇ ਆਪ ਨੂੰ ਉਹ ਪੰਜਾਬ ਦਾ ਪੁੱਤਰ ਦੱਸਦੇ ਸੀ ਕਿ ਮੈਂ ਪੰਜਾਬ ਦਾ ਪੁੱਤਰ ਹਾਂ। ਉਹਨਾਂ ਦੇ ਪਿਤਾ ਜੀ ਜਿਹੜੇ ਆ ਧਮਿੰਦਰ, ਉਹ ਵੀ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਪੁੱਤਰ ਹਾਂ, ਅਤੇ ਹੁਣ ਕਿੱਥੇ ਗਏ ਪੰਜਾਬ ਦਾ ਪੁੱਤਰ, ਹੁਣ ਬੰਬੇ ਦਾ ਪੁੱਤਰ ਬਣ ਗਿਆ। ਫਿਰ ਸ਼ਹਿਰ ਦੇ ਲਾਗੋਂ ਲੰਘ ਜਾਂਦੇ ਨੇ ਹਿਮਾਚਲ ਵਾਸਤੇ ਜਦੋਂ ਜਾਂਦੇ ਨੇ ਘੁੰਮਣ ਕਿਤੇ, ਅਤੇ ਪਰ ਗੁਰਦਾਸਪੁਰ ਦੇ ਵਿੱਚ ਨਹੀਂ ਆਉਂਦੇ ਅਤੇ ਲੋਕ ਜਿਹੜੇ ਆ ਉਹਨਾਂ ਦੇ ਰਾਹ ਹੀ ਤੱਕਦੇ ਰਹਿ ਗਏ ਨੇ। 4 ਸਾਲ ਹੋ ਗਏ ਨੇ ਉਹ ਮੁੜ ਕੇ ਕਦੀ ਆਏ ਨਹੀਂ ਗੁਰਦਾਸਪੁਰ 'ਚ।
ਅਤੇ ਵੋਟਾਂ ਪਾਈਆਂ ਸੀ ਅਤੇ ਲੋਕ ਬਹੁਤ ਖੁਸ਼ ਸੀ ਕਿ ਸਾਨੂੰ ਜਿਹੜਾ ਵਾ ਇੱਕ ਵਧੀਆ ਜਿਹੜਾ ਵਾ ਇੱਕ ਕੈਂਡੀਡੇਟ ਮਿਲਿਆ ਵਾ ਕਿ ਸਾਡੀਆਂ ਜਿਹੜੀਆਂ ਗੁਰਦਾਸਪੁਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਵਾ ਜਾ ਕੇ ਦੱਸਣਗੇ। ਪਰ ਪਾਰਲੀਮੈਂਟ 'ਚ ਦੱਸਣੀਆਂ ਕੀ ਸੀ, ਉਹ ਤਾਂ ਕਦੀ ਪਾਰਲੀਮੈਂਟ ਗਏ ਹੀ ਨਹੀਂ, ਮੁੜ ਕੇ ਇੱਕ ਵਾਰੀ ਜਾ ਕੇ ਅਤੇ ਮੁੜ ਕੇ ਕਦੀ ਉਹ ਦਿਖਾਈ ਨਹੀਂ ਦਿੱਤੇ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਿਧਾਰਥ ਮਹਿਰਾ, ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ। MP ਦੇ ਇਲੈਕਸ਼ਨ ਵਿੱਚ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ, ਪਰ ਜਿੱਤਣ ਤੋਂ ਬਾਅਦ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਦਾ ਹਾਲ ਚਾਲ ਨਹੀਂ ਪੁੱਛਿਆ, ਜਿਸ ਕਰਕੇ ਸੰਨੀ ਦਿਓਲ ਦੇ ਖਿਲਾਫ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ। ਪਰ ਸੰਨੀ ਦਿਓਲ ਆਪਣੀਆਂ ਫਿਲਮਾਂ ਦੇ ਬਣਾਉਣ ਵਿੱਚ ਹੀ ਰੁੱਝੇ ਹੋਏ ਨੇ, ਪਰ ਗੁਰਦਾਸਪੁਰ ਦੇ ਕੋਈ ਵੀ ਮੁੱਦੇ ਨੂੰ ਲੈ ਕੇ ਬਿਲਕੁਲ ਵੀ ਕੁਛ ਵੀ ਸੀਰੀਅਸ ਨਹੀਂ ਹੈਗੇ, ਪਰ ਨਾ ਹੀ ਪਾਰਲੀਮੈਂਟ ਵਿੱਚ ਇਹਨਾਂ ਨੇ ਕੋਈ ਗੁਰਦਾਸਪੁਰ ਦਾ ਮੁੱਦਾ ਚੱਕਿਆ ਹੈ। ਇਸ ਲਈ ਸੰਨੀ ਦਿਓਲ ਦੇ ਖਿਲਾਫ ਲੋਕ ਗੁਰਦਾਸਪੁਰ ਦੇ ਕਾਫੀ ਨਿਰਾਸ਼ ਹਨ। ਪਰ ਇਲੈਕਸ਼ਨਾਂ ਤੋਂ ਪਹਿਲਾਂ ਇਹ ਬਹੁਤ ਵੱਡੀਆਂ ਗੱਲਾਂ ਕਰਦੇ ਹਨ, ਪਰ ਇਲੈਕਸ਼ਨ ਤੋਂ ਬਾਅਦ ਇਹਨਾਂ ਦੀਆਂ ਜਿੰਨੀਆਂ ਵੀ ਵਾਅਦੇ ਜਾਂ ਗੱਲਾਂ ਕੀਤੀਆਂ ਗਈਆਂ ਸਾਰੇ ਹੀ ਝੂਠੇ ਪੈ ਰਹੇ ਹਨ।